ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਕੈਮ ਵੱਲੋਂ ਤੁਹਾਡਾ ਸਾਰਿਆਂ ਦੇ ਇੱਕ ਵਾਰੀ ਫਿਰ ਤੋਂ ਵੈਲਕਮ ਕਰਦੇ ਹਾਂ। ਹੋਪਫੁਲੀ ਤੁਸੀਂ ਸਾਰੇ ਘੈਂਟ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਰਹੂਗੀ ਤੁਹਾਡੇ ਸਾਰਿਆਂ ਲਈ, ਕਿਉਂਕਿ ਬਹੁਤ ਜ਼ਿਆਦਾ ਮੈਨੂੰ ਮੈਸੇਜ ਆ ਰਹੇ ਸੀ ਇਸ ਗੱਲ ਪਿੱਛੇ, ਅਤੇ ਤੁਸੀਂ ਕੈਪਸ਼ਨ ਆਲਰੇਡੀ ਪੜ੍ਹ ਰਹੇ ਹੋਗੇ। ਬਿਲਕੁਲ ਹਾਂ, ਅੱਜ ਆਪਾਂ ਗੱਲ ਕਰਨ ਲੱਗੇ ਹਾਂ ਜੀ ਜੋਬ ਸਨੈਰੀਓਜ਼ ਦੀ। ਇੱਥੇ ਜੋਬ ਸਨੈਰੀਓ ਕੀ ਨੇ ਨਿਊ ਬ੍ਰੰਸਵਿਕ 'ਚ, ਸਪੈਸ਼ਲੀ ਸੈਂਟ ਜੋਨ 'ਚ, ਅਤੇ ਅਕੋਮੋਡੇਸ਼ਨ ਦਾ ਕੀ ਹਿਸਾਬ ਕਿਤਾਬ ਪੈਂਦਾ, ਅਤੇ ਸਭ ਤੋਂ ਇੰਪੋਰਟੈਂਟ ਕਾਲਜ ਬਾਰੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਮੈਂ ਐਡਮਿਸ਼ਨ ਕਿੱਦਾਂ ਲਵਾਂ, ਜਾਂ ਕਾਲਜ 'ਚ ਅਗਰ ਤੁਸੀਂ ਆਲਰੇਡੀ ਐਡਮਿਸ਼ਨ ਲੈ ਰਹੇ ਹੋ ਜਾਂ ਆ ਰਹੇ ਹੋ ਨੈਕਸਟ ਇਨਟੇਕ 'ਚ, ਅਤੇ ਕਲਾਸਿਸ ਕਿੰਨੀਆਂ ਰਹਿੰਦੀਆਂ ਨੇ, ਹੈ ਨਾ, ਅਤੇ ਪੜ੍ਹਾਈ ਕਿੰਨੀ ਔਖੀ ਆ, ਸਾਰੇ ਚੀਜ਼ਾਂ ਤੁਹਾਨੂੰ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਇਸ ਵੀਡੀਓ ਦੇ ਵਿੱਚ, ਅਤੇ ਮੇ ਬੀ ਥੋੜ੍ਹੀ ਜਿਹੀ ਲੰਬੀ ਵੀ ਹੋ ਸਕਦੀ ਆ, ਅਤੇ ਜਾਂ ਇਸ ਵੀਡੀਓ ਟੋਟਲੀ ਤੁਹਾਡੇ ਸਾਰਿਆਂ ਨਾਲ ਮੈਂ ਗੱਲਾਂ ਹੀ ਕਰਨੀਆਂ। ਆਪਾਂ ਕਿਤੇ ਬਾਹਰ ਨਹੀਂ ਚੱਲੇ, ਬਸ ਮੈਂ ਗੱਡੀ ਸਟਾਰਟ ਕਰ ਲਈ, ਮੈਂ ਆਪਦੇ ਕੰਮ 'ਤੇ ਜਾਣਾ, ਸੋ ਸੋਚਿਆ ਉਸ ਤੋਂ ਪਹਿਲਾਂ ਰਿਕਾਰਡਿੰਗ ਕਰ ਲਈ ਅਤੇ ਜਾਵੇ ਇਸ ਵਲੋਗ ਦੀ। ਸੋ ਸਟਾਰਟ ਕਰਦੇ ਹਾਂ ਵੀਡੀਓ ਨੂੰ। ਉਹ ਤੋਂ ਪਹਿਲਾਂ ਤੁਹਾਨੂੰ ਸਾਰੇ ਰਿਕੁਐਸਟ ਕਰੂੰਗਾ, ਜੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲੇ, ਅਤੇ ਪ੍ਰੈਸ ਬੈੱਲ ਆਈਕਨ, ਅਤੇ ਮੇਰੇ ਸੋਸ਼ਲ ਮੀਡੀਆ ਹੈਂਡਲ ਤੁਹਾਨੂੰ ਸਕਰੀਨ 'ਤੇ ਆਲਵੇਜ਼ ਸ਼ੋਅ ਹੁੰਦੇ ਨੇ, ਤੁਸੀਂ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕੋਈ। ਹੁਣ ਆਉਂਦੇ ਹਾਂ ਜੀ ਪਹਿਲੇ ਸਵਾਲ ਦੇ ਉੱਤੇ, ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਜਿੰਨਾ ਦੇ ਵੀ ਮੈਸੇਜ ਆ ਰਹੇ ਆ ਇੰਸਟਾਗ੍ਰਾਮ 'ਤੇ, ਮੋਸਟ ਆਫ ਦਾ ਟਾਈਮ ਮੈਨੂੰ ਇੰਸਟਾਗ੍ਰਾਮ 'ਤੇ ਆਉਂਦੇ ਨੇ। ਸਨੈਪਚੈਟ 'ਤੇ ਕੀ ਹੁੰਦਾ ਜੀ, ਪਬਲਿਕ ਅਕਾਊਂਟ ਹੈ, ਇੰਸਟਾਗ੍ਰਾਮ ਵੀ ਪਬਲਿਕ ਅਕਾਊਂਟ ਹੈ, ਬਟ ਕਈ ਵਾਰੀ ਮੈਸੇਜ ਦਾ ਪਤਾ ਨਹੀਂ ਲੱਗਦਾ, ਉਹਦੇ ਲਈ ਮੈਂ ਮਾਫ਼ੀ ਚਾਹੁੰਦਾ ਦਿਲੋਂ। ਅਤੇ ਇੰਸਟਾਗ੍ਰਾਮ 'ਤੇ ਮੇਰੇ ਕੋਲ ਆਲਮੋਸਟ 100 ਤੋਂ ਪਲੱਸ ਰਿਕੁਐਸਟ ਮੈਸੇਜ ਪਏ ਨੇ, ਅਤੇ ਮੈਂ ਇਹਦੇ 'ਚ ਮੈਨੂੰ ਕੋਈ ਸ਼ਰਮ ਨਹੀਂ ਦੱਸਣ 'ਚ ਕਿ ਹਾਂ ਮੈਂ ਨਹੀਂ ਰਿਪਲਾਈ ਕਰ ਪਾ ਰਿਹਾ, ਉਹਦੇ ਲਈ ਮਾਫ਼ੀ ਆ। ਕਿਉਂਕਿ ਕੀ ਹੁੰਦਾ ਜੀ, ਮੋਸਟ ਆਫ ਦਾ ਟਾਈਮ ਸੇਮ ਕੁਐਸਚਨ ਸਾਰਿਆਂ ਵੱਲੋਂ ਪੁੱਛੇ ਜਾਂਦੇ ਨੇ, ਅਤੇ ਹਰ ਇੱਕ ਨੂੰ ਇਕੱਲੇ ਇਕੱਲੇ ਉਹ ਗੱਲ ਦਾ ਸੇਮ ਰਿਪਲਾਈ ਕਰਨਾ ਬੜਾ ਔਖਾ ਹੋ ਜਾਂਦਾ। ਸੋ ਇਸ ਲਈ ਮੈਂ ਸੋਚਿਆ ਇੱਕ ਵੀਡੀਓ ਬਣਾ ਦੇਵਾਂ, ਨਾਲੇ ਕਮੈਂਟ ਵੀ ਬਹੁਤ ਆ ਰਹੇ ਸੀਗੇ ਇਸ ਦੇ ਰਿਲੇਟਡ ਵੀਡੀਓ ਬਣਾਈ ਜਾਵੇ। ਸੋ ਆਹ ਵੀਡੀਓ 'ਚ ਮੈਂ ਪੂਰੀ ਕੋਸ਼ਿਸ਼ ਕਰੂੰਗਾ ਫਿਰ ਵੀ ਕਵਰ ਕਰਨ ਦੀ, ਬਟ ਅਗਰ ਕੁਛ ਰਹਿ ਵੀ ਜਾਂਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਆਪਾਂ ਅੱਗੇ ਆਉਣ ਵਾਲੀ ਵੀਡੀਓ 'ਚ ਕਰ ਦਾਂਗੇ ਕਵਰ। ਸੋ ਪਹਿਲਾ ਸਵਾਲ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਜੋਬ ਸਨੈਰੀਓਜ਼ ਕੀ ਨੇ ਸੈਂਟ ਜੋਨ 'ਚ ਜਾਂ ਨਿਊ ਬ੍ਰੰਸਵਿਕ 'ਚ। ਸੋ ਇੱਥੇ ਡਿਪੈਂਡ ਕਰਦਾ ਹੈ ਜੀ ਤੁਸੀਂ ਕਿਸ ਪਰਪਸ ਲਈ ਆ ਰਹੇ ਹੋ। ਦੋ ਤਰ੍ਹਾਂ ਦੇ ਜੋਬਸ, ਦੋ ਜਣੇ ਨੇ ਜੋਬ ਸਨੈਰੀਓਜ਼ ਮੈਟਰ ਕਰਦੇ ਨੇ, ਦੋ ਜਣੇ ਲਈ। ਮਤਲਬ ਮੰਨ ਲਓ ਏ ਪਰਸਨ ਹੈ ਜਿਹੜਾ ਇੰਟਰਨਲ ਮਾਈਗ੍ਰੇਸ਼ਨ ਕਰ ਰਿਹਾ, ਅਤੇ ਬੀ ਪਰਸਨ ਹੈ ਜਿਹੜਾ ਇੰਡੀਆ ਤੋਂ ਆ ਰਿਹਾ। ਇੰਡੀਆ ਤੋਂ ਆ ਰਿਹਾ, ਤੁਹਾਨੂੰ ਕਲੀਅਰ ਹੋ ਗਿਆ ਇੰਟਰਨਲ ਮਾਈਗ੍ਰੇਸ਼ਨ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਟੋਰੋਂਟੋ ਰਹਿ ਰਹੇ ਨੇ ਦੋ ਦੋ ਸਾਲ ਤੋਂ, ਇੱਕ ਇੱਕ ਸਾਲ ਤੋਂ, ਉਹ ਇੱਥੇ ਮੂਵ ਕਰ ਰਹੇ ਨੇ ਪੀ ਆਰ ਦੇ ਚੱਕਰ 'ਚ, ਜਾਂ ਸਾਰੀ ਰਹਿ ਰਹੇ ਨੇ, ਜਾਂ ਕਿਤੇ ਵੀ ਰਹਿ ਰਹੇ ਨੇ, ਵਿਨੀਪੈਗ ਰਹਿ ਰਹੇ ਨੇ, ਹੈ ਨਾ, ਅਲੱਗ ਅਲੱਗ ਪ੍ਰੋਵਿੰਸ 'ਚੋਂ ਇੱਧਰ ਮੂਵ ਕਰ ਰਹੇ ਨੇ, ਕਿਉਂਕਿ ਉੱਧਰ ਹੁਣ ਸਨੈਰੀਓ ਚੇਂਜ ਹੋ ਗਿਆ, ਪੀ ਆਰ ਨੂੰ ਲੈ ਕੇ ਰੂਲਸ ਵੀ ਚੇਂਜ ਹੋ ਗਏ ਨੇ। ਅਤੇ ਸੈਕਿੰਡ ਜਿਹੜੇ ਇੰਡੀਆ ਤੋਂ ਆ ਰਹੇ ਨੇ ਉਹਨਾਂ ਲਈ ਪਿੱਛੇ ਨਵੀਂ ਅਪਡੇਟ ਆਈ ਹੈ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਸਪਾਊਸ ਨੂੰ ਤੁਸੀਂ ਨਹੀਂ ਬੁਲਾ ਸਕਦੇ ਅਗਰ ਤੁਸੀਂ ਮਾਸਟਰਸ ਕਰਨ ਆਏ ਹੋ ਜਾਂ ਡਾਕਟਰੇਟ ਕਰਨ ਆਏ ਹੋ, ਮਤਲਬ ਵੱਡੇ ਕੋਰਸਿਸ ਕਰਨ ਆ ਰਹੇ ਹੋ, ਪੀ ਐੱਚ ਡੀ ਟਾਈਪ, ਤਾਂ ਤੁਸੀਂ ਆਪਦੇ ਸਪਾਊਸ ਨੂੰ ਬੁਲਾ ਸਕਦੇ ਹੋ। ਉਹਨੂੰ ਲੈ ਕੇ ਵੀ ਬੜੇ ਜ਼ਿਆਦਾ ਹਲਚਲ ਮਚੀ ਹੋਈ ਹੈ, ਅਤੇ ਬਾਕੀ ਕੈਬ ਵੀ ਲੱਗ ਗਿਆ, ਹੈ ਨਾ, ਬੀ ਸੀ ਨੇ ਤਾਂ ਐਡਮਿਸ਼ਨ ਸੀ ਬੰਦ ਕਰਦੇ ਨੇ। ਸੋ ਨਵੇਂ ਨਵੇਂ ਅਪਡੇਟ ਆ ਰਹੀਆਂ, ਸਾਰਿਆਂ ਦੇ ਮਨਾਂ ਦੇ ਵਿੱਚ ਫਿਕਰ ਵਧਿਆ ਹੈ। ਉਸ ਤੋਂ ਇਲਾਵਾ ਹੁਣ ਇੱਧਰ ਰਸ਼ ਵਧਣ ਵਾਲਾ ਆਉਣ ਵਾਲੇ ਅਗਲੇ ਸਾਲ 'ਚ, ਸਾਰਿਆਂ ਨੂੰ ਪਤਾ ਹੈ, ਕਿਉਂਕਿ ਐਟਲਾਂਟਿਕ ਪ੍ਰੋਵਿੰਸ 'ਚ ਵੀ ਆਲਰੇਡੀ, ਪਹਿਲਾਂ ਕੀ ਸੀਗਾ, ਅੱਜ ਤੋਂ 3-4 ਸਾਲ ਪਹਿਲਾਂ ਕੋਈ ਆਉਂਦਾ ਨਹੀਂ ਸੀਗਾ, ਬਟ ਹੁਣ ਹੌਲੀ 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 ਜਿੱਦਾਂ ਦਾ ਸਾਰਿਆਂ ਨੂੰ ਪਤਾ ਲੱਗਣ ਲੱਗ ਗਿਆ ਉਦੋਂ ਤਾਂ ਆ ਰਹੇ ਨੇ ਸਾਰੇ। ਬਟ ਹੁਣ ਇੱਥੇ ਗੱਲ ਕਰਦੇ ਹਾਂ ਜੋਬ ਸਨੈਰੀਓਜ਼ ਦੀ, ਵਾਪਸ ਆਉਂਦੇ ਹਾਂ ਬੈਕ ਟੂ ਟੋਪਿਕ। ਜੋਬ ਸਨੈਰੀਓਜ਼ ਇਹ ਇੱਦਾਂ ਹੈ ਕਿ ਜੇ ਤਾਂ ਤੁਸੀਂ ਇੰਟਰਨਲ ਮਾਈਗ੍ਰੇਸ਼ਨ ਕਰ ਰਹੇ ਹੋ, ਸਿੰਪਲ ਮੈਂ ਕਲੀਅਰ ਕਹੂੰਗਾ, ਮੈਂ ਜ਼ਿਆਦਾ ਲੰਬੀ ਵੀਡੀਓ ਵੀ ਨਹੀਂ ਕਰਨਾ ਚਾਹੁੰਦਾ, ਕਲੀਅਰ ਇਕੱਲੇ ਇਕੱਲੇ ਵਰਡ ਹੁੰਦੇ ਨੇ, ਜੇ ਤੁਸੀਂ ਇੰਟਰਨਲ ਮਾਈਗ੍ਰੇਟ ਹੋ ਰਹੇ ਹੋ ਕੈਨੇਡਾ ਦੇ ਵਿੱਚ, ਤਾਂ ਕਿਸੇ ਵੀ
ਕੰਸਲਟੈਂਟ ਜਾਂ ਲੋਅਰ ਦੇ ਪਿੱਛੇ ਲੱਗ ਕੇ ਨਾ ਹੋਵੋ। ਪਹਿਲਾਂ ਉੱਥੋਂ ਦੀ ਗਰਾਊਂਡ ਰਿਐਲਿਟੀ ਪਤਾ ਕਰੋ, ਕਿਸੇ ਨੂੰ ਮੈਸੇਜ ਕਰੋ ਇੰਸਟਾਗ੍ਰਾਮ 'ਤੇ, ਲਿੰਕਡਇਨ 'ਤੇ ਆਪਦੇ ਨੈਟਵਰਕ ਬਣਾਓ, ਜਾਂ ਕੋਈ ਵੀਡੀਓਜ਼ ਦੇਖੋ ਯੂਟਿਊਬ 'ਤੇ ਪਈਆਂ ਕਿ ਨਹੀਂ ਪਈਆਂ। ਮੈਂ ਬਹੁਤ ਐਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਦੇਖ ਕੇ ਮੈਨੂੰ ਮੈਸੇਜ ਕੀਤਾ ਕਿ ਉਹਨਾਂ ਨੂੰ ਪਤਾ ਵੀ ਆਹ ਬੰਦਾ ਇੱਥੇ ਰਹਿ ਰਿਹਾ, ਅਤੇ ਮੈਨੂੰ ਇੱਦਾਂ ਹੁੰਦਾ ਕਿ ਹਾਂ ਮੈਂ ਇਸ ਚੀਜ਼ ਨੂੰ ਕਵਰ ਕਰ ਰਿਹਾ, ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋਕ ਵੀਡੀਓਜ਼ ਨਹੀਂ ਬਣਾਉਂਦੇ ਇਸ ਪ੍ਰੋਵਿੰਸ 'ਚ ਆ ਕੇ, ਬਟ ਮੈਂ ਟਰਾਈ ਕਰਦਾ ਜਿੰਨਾ ਕੁ ਮੈਂ ਕਵਰ ਕਰ ਪਾਵਾਂ। ਸੋ ਸਭ ਤੋਂ ਪਹਿਲਾਂ ਤਾਂ ਗਰਾਊਂਡ ਰਿਐਲਿਟੀ ਚੈੱਕ ਕਰੋ ਉੱਥੋਂ ਦਾ ਕੀ ਹੈ। ਸੋ ਗਰਾਊਂਡ ਰਿਐਲਿਟੀ ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਬਹੁਤ ਹੀ ਮਾੜੀ ਹੈ, ਆਪਾਂ ਇਹਨੂੰ ਚੰਗੀ ਨਹੀਂ ਕਹਿ ਸਕਦੇ, ਕਿਉਂਕਿ ਇੱਕ ਪਾਸੋਂ ਤਾਂ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਇੰਡੀਆ ਤੋਂ ਆ ਰਹੇ ਹਾਂ, ਦੂਸਰੇ ਪਾਸੋਂ ਕੀ ਹੋ ਰਿਹਾ ਜਿਹੜੇ ਇੰਟਰਨਲ ਮਾਈਗ੍ਰੇਸ਼ਨ ਕਰਕੇ ਇੱਧਰ ਆ ਰਹੇ ਨੇ। ਹੁਣ ਅਗਰ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਪੱਖ 'ਚ ਦੇਖਿਆ ਜਾਵੇ ਤਾਂ ਉਹ ਕਹਿੰਦੇ ਨੇ ਕਿ ਜਿਹੜੇ ਇੰਟਰਨਲ ਮਾਈਗ੍ਰੇਸ਼ਨ ਕਰ ਰਹੇ ਨੇ ਉਹ ਸਾਡੀ ਜੋਬਸ ਖਾ ਰਹੇ ਨੇ, ਕਿਉਂਕਿ ਪਹਿਲਾਂ ਆਪ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਤੁਸੀਂ ਉੱਥੇ ਆਲਰੇਡੀ ਕਮਾ ਕੇ ਆਏ ਹੋ, ਹੁਣ ਤੁਹਾਨੂੰ PR ਦਾ ਯਾਦ ਆਇਆ ਤਾਂ ਤੁਸੀਂ ਇੱਧਰ ਮੂਵ ਕਰ ਰਹੇ ਹੋ, ਰਾਈਟ? ਇਹ ਗੱਲ ਮੇਰੀ ਕੌੜੀ ਲੱਗ ਸਕਦੀ ਆ ਪਰ ਹੈਗੀ ਸੱਚ ਆ। ਦੂਸਰੇ ਪਾਸੇ ਅਗਰ ਆਪਾਂ ਇੰਟਰਨਲ ਮਾਈਗ੍ਰੇਸ਼ਨ ਵਾਲੇ ਦੀ ਗੱਲ ਕਰੀਏ, ਜਿਹੜੇ ਆਲਰੇਡੀ ਮੂਵ ਹੋ ਚੁੱਕੇ ਨੇ ਜਾਂ ਹੋਣਾ ਚਾਹ ਰਹੇ ਨੇ, ਸੋਚਦੇ ਨੇ, ਉਹ ਵੀ ਆਪਣੀ ਜਗ੍ਹਾ ਸੱਚੇ ਨੇ, ਕਿਉਂਕਿ ਜਦੋਂ ਉੱਧਰ ਆਏ ਸੀ ਉਦੋਂ ਇੰਨੀ ਨੌਲੇਜ ਨਹੀਂ ਸੀਗੀ, ਹੈ ਨਾ? ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਆ ਗਏ, ਏਜੰਟਾਂ ਦੇ ਮਗਰ ਲੱਗ ਕੇ ਆ ਗਏ, ਦੋਸਤਾਂ ਮਿੱਤਰਾਂ ਦੇ ਮਗਰ ਲੱਗ ਕੇ ਆ ਗਏ ਵੀ ਆ ਜਾ ਬਾਈ ਟੋਰਾਂਟੋ ਤੈਨੂੰ ਰੱਖ ਲੂੰਗਾ, ਆ ਜਾ ਬਾਈ ਤੈਨੂੰ ਸਰੀ ਰੱਖ ਲੂੰਗਾ, ਇੱਦਾਂ ਕਰਕੇ। ਅਤੇ ਜਦੋਂ ਹੁਣ ਮੌਕਾ ਸਾਹਮਣ ਦੀ ਗੱਲ ਆਈ ਤਾਂ ਹੁਣ ਭੱਜਦੇ ਇੱਧਰ ਉੱਧਰ ਨੂੰ, ਅਤੇ ਉਹ ਵੀ ਆਪਦੀ ਜਗ੍ਹਾ ਸੱਚੇ ਨੇ ਵਿਚਾਰੇ ਕਿ ਉਹਨਾਂ ਨੂੰ PR ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਗਾ, ਜੇ ਅਗਰ PR ਨਹੀਂ ਹੋਗੀ ਤੁਹਾਨੂੰ ਬੈਕ ਟੂ ਇੰਡੀਆ ਜਾਣਾ ਪਊਗਾ। ਸੋ 2-3 ਸਾਲਾਂ ਦੀ ਮਿਹਨਤ ਵੀ ਖਰਾਬ ਜਾਂਦੀ ਆ, ਅਤੇ ਇਹਨੂੰ ਤਾਂ 4-4 ਸਾਲ ਵੀ ਹੋ ਗਏ ਈਵਨ। ਸੋ ਜੋਬ ਸਨੈਰੀਓ ਇਸ ਕਰਕੇ ਬਹੁਤ ਜ਼ਿਆਦਾ ਟਾਈਟ ਹੋਇਆ ਪਿਆ, ਬਹੁਤ ਜ਼ਿਆਦਾ ਇੱਥੇ ਕੰਮ ਔਖਾ ਹੈ, ਬਹੁਤ ਨਹੀਂ ਮਿਲਦਾ ਪਿਆ। ਰਹੀ ਗੱਲ ਮੌਂਗਟਨ ਦੀ, ਮੌਂਗਟਨ ਸ਼ਹਿਰ ਸਭ ਤੋਂ ਵੱਡਾ ਸ਼ਹਿਰ ਹੈ ਇੱਥੋਂ ਨਿਊ ਬ੍ਰੰਸਵਿਕ ਦਾ, ਸੈਕਿੰਡ ਫਡਿਕਟਨ ਹੈ, ਥਰਡ 'ਤੇ ਸੇਂਟ ਜੌਨ ਆਉਂਦਾ। ਮੈਂ ਪਿੱਛੇ ਹੀ ਹਲੇ ਮੌਂਗਟਨ ਜਾ ਕੇ ਆਇਆ ਹਲੇ ਲਾਸਟ ਵੀਕ ਹੀ, ਅਤੇ ਅਸੀਂ ਗੁਰਦੁਆਰਾ ਸਾਹਿਬ ਗਏ ਸੀ। ਗੁਰਦੁਆਰਾ ਸਾਹਿਬ ਵਾਲੀ ਵੀਡੀਓ ਤੁਸੀਂ ਵੇਖੀ ਹੋਣੀ ਆਲਰੇਡੀ ਮੇਰੀ, ਦੁਬਾਰਾ ਮੈਂ ਗੁਰਦੁਆਰਾ ਜਾ ਕੇ ਆਇਆ ਸੀਗਾ। ਸੋ ਉੱਥੇ ਮੈਨੂੰ ਕਈ ਮੁੰਡੇ ਮਿਲੇ ਜਿਹੜੇ ਇੰਟਰਨਲ ਮਾਈਗ੍ਰੇਟ ਹੋਏ ਆ, ਸਪੈਸ਼ਲੀ ਓਨਟਾਰੀਓ ਤੋਂ, ਉਹਨਾਂ ਨੇ ਗੱਡੀਆਂ ਵੀ ਚੱਕੀਆਂ ਹੋਈਆਂ ਨੇ ਬਕਾਇਦਾ, ਬਟ ਹੁਣ ਇੱਥੇ ਆ ਕੇ ਜੋਬ ਹੀ ਨਹੀਂ ਮਿਲ ਰਹੀ ਆ। ਰੋ ਧੋ ਕੇ ਉਹਨਾਂ ਨੂੰ ਵੱਧ ਤੋਂ ਵੱਧ ਕੋਈ ਡੋਰਡੈਸ਼ ਜਾਂ ਆਸਕੇਪ ਸਕੂਪ ਉਬਰ ਆਬਰ ਲਾਉਣੀ ਪੈਂਦੀ ਆ, ਉਹਦੇ 'ਚ ਵੀ ਇੰਨਾ ਕੰਮ ਨੀਗਾ। ਇਹਦੇ ਕਰਕੇ ਬਹੁਤ ਜ਼ਿਆਦਾ ਇਫੈਕਟਿਵ ਹੋ ਰਿਹਾ, ਜੋਬ ਤਾਂ ਮਿਲਣੀ ਬਹੁਤ ਔਖੀ ਹੋਈ ਪਈ ਮੌਂਗਟਨ ਵਾਲੀ ਸਾਈਡ। ਜੇ ਆਪਾਂ ਇੱਧਰ ਫਡਿਕਟਨ ਆ ਜਾਈਏ, ਥੋੜ੍ਹਾ ਬਹੁਤ ਚਾਂਸਿਸ ਹੈਗੇ ਆ 10-20%, ਅਤੇ ਉਨੇ ਕੀ ਚਾਂਸਿਸ ਇੱਧਰ ਨੇ 10-20%। ਅਤੇ ਮੈਂ ਤੁਹਾਨੂੰ ਇੱਦਾਂ ਦੀ ਕੋਈ ਵੀ ਹੋਪ ਨਹੀਂ ਦੇਣਾ ਚਾਹੁੰਦਾ ਕਿ ਤੁਹਾਨੂੰ ਆਉਂਦੇ ਸਾਰ ਜੋਬ ਮਿਲ ਜਾਏ। ਤੁਹਾਡਾ ਕੋਈ ਲੋਇਰ ਤੁਹਾਨੂੰ ਲਵਾ ਕੇ ਦਿੰਦਾ ਜਿਵੇਂ ਤੁਸੀਂ ਲੋਇਰ ਦੇ ਮਗਰ ਲੱਗ ਕੇ ਆਉਣਾ, ਤਾਂ ਵੈਲ ਐਂਡ ਗੁੱਡ ਆ, ਪਹਿਲਾਂ ਗੱਲ ਕਲੀਅਰ ਕਰਕੇ ਆਓ। ਜੇ ਤੁਸੀਂ ਉਹਨੂੰ ਪੈਸਾ ਦੇ ਕੇ ਆ ਰਹੇ ਹੋ $5-7, $10, ਤੁਹਾਨੂੰ ਗੱਲ ਕਲੀਅਰ ਕਹੋ ਵੀ ਸਾਨੂੰ ਇੰਨੇ ਘੰਟੇ ਮਿਲਣਗੇ ਹੀ ਮਿਲਣਗੇ ਤਾਂ ਅਸੀਂ ਮੂਵ ਹੋਵਾਂਗੇ, ਕਿਉਂਕਿ ਮੂਵ ਹੋਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਸੋ ਪ੍ਰੋਪਰਲੀ ਇਸ ਚੀਜ਼ ਬਾਰੇ ਰਿਸਰਚ ਕਰਕੇ ਆਓ। ਜਿਹੜੇ ਇੰਪਲੋਇਰ ਕੋਲ ਜਾ ਰਹੇ ਹੋ ਤੁਹਾਨੂੰ ਉਹਨਾਂ ਦਾ ਪਤਾ ਹੋਣਾ ਚਾਹੀਦਾ, ਇਹ ਚੀਜ਼ਾਂ ਬੇਸਿਕ ਰਹਿੰਦੀਆਂ ਸਭ ਨੂੰ। ਪਰ ਫਿਰ ਵੀ ਮੈਂ ਕੋਸ਼ਿਸ਼ ਇਹੀ ਰਹੂਗੀ ਕਿ ਗਰਾਊਂਡ ਰਿਐਲਿਟੀ ਪਤਾ ਕਰਕੇ ਆਓ। ਸੋ ਬਾਈ ਜੀ, ਜੋਬ ਦਾ ਤਾਂ ਆਲਮੋਸਟ ਸਾਰੇ ਕੈਨੇਡਾ ਹੀ ਸੇਮ ਹਾਲ ਹੈ। ਜੇ ਤੁਸੀਂ ਇੱਧਰ ਅਟਲਾਂਟਿਕ ਪ੍ਰੋਵਿੰਸ 'ਚ ਭੱਜਣ ਦੀ ਸੋਚ ਰਹੇ ਹੋ, ਆਉਣ ਦੀ ਸੋਚ ਰਹੇ ਹੋ, ਮਜ਼ਾਕ ਕਰ ਰਿਹਾ, ਆਉਣ ਦੀ ਸੋਚ ਰਹੇ ਹੋ ਜੇ ਅਟਲਾਂਟਿਕ ਪ੍ਰੋਵਿੰਸ 'ਚ, ਤਾਂ ਬਈ ਸੋਚ ਸਮਝ ਕੇ ਆਇਓ। ਮੇ ਬੀ ਤੁਹਾਨੂੰ PR ਤੁਹਾਨੂੰ 1-2 ਸਾਲ 'ਚ ਹੋ ਜੂਗੀ, ਬਟ ਜੋਬ 'ਤੇ ਤੁਹਾਨੂੰ ਆਵਰ ਮਿਲਣਗੇ ਨਹੀਂ ਮਿਲਣਗੇ, ਜੋਬ ਮਿਲੇਗੀ ਨਹੀਂ ਮਿਲੇਗੀ ਉਹਦੇ ਬਾਰੇ ਕੋਈ ਗਰੰਟੀ ਨਹੀਂ ਗੀ। ਸੋ ਆਪਦਾ ਪ੍ਰੋਪਰਲੀ ਚੰਗੀ ਤਰ੍ਹਾਂ ਸਟੈਪ ਕੀ ਕਹਿੰਦੇ ਨੇ ਮਨ ਪੱਕਾ ਕਰਕੇ ਆਇਓ, ਹੈ ਨਾ ਜੀ। ਸੋ ਹੁਣ ਗੱਲ ਕਰਦੇ ਇੰਟਰਨੈਸ਼ਨਲ ਸਟੂਡੈਂਟਸ ਦੀ, ਕਿ ਇੱਥੇ ਆਉਣਾ, ਅਕੋਮੋਡੇਸ਼ਨ ਕਿੱਦਾਂ ਲੱਭਣੀ ਹੈ। ਦੂਜਾ ਕੁਸ਼ਚਨ ਮੈਨੂੰ ਸਭ ਤੋਂ ਜ਼ਿਆਦਾ ਇਹ ਆਉਂਦਾ, ਕਿਉਂਕਿ ਜਦੋਂ ਮੈਂ ਸੀ, ਮੇਰਾ ਵੀ ਕੋਈ ਇੱਥੇ ਰਿਸ਼ਤੇਦਾਰ ਨਹੀਂ ਰਹਿੰਦਾ ਸੀ, ਕੋਈ ਵੀ ਫਰੈਂਡ ਨਹੀਂ ਸੀਗਾ, ਫੇਸਬੁੱਕ 'ਤੇ ਮੈਂ ਗਰੁੱਪ ਬਣੇ ਹੋਏ ਸੀਗੇ। ਮੈਂ ਇੱਥੇ ਹੁਣ ਤੁਹਾਨੂੰ ਦੱਸਦਾ ਕਿੱਦਾਂ ਕਿੱਦਾਂ ਅਸੀਂ ਅਕੋਮੋਡੇਸ਼ਨ ਲੱਭੀ। ਫੇਸਬੁੱਕ 'ਤੇ ਗਰੁੱਪਸ ਬਣੇ ਹੋਏ ਨੇ, ਉਹ ਤੁਸੀਂ ਜੁਆਇਨ ਕਰੋ। ਵਟਸਐਪ ਗਰੁੱਪਸ ਬਣੇ ਹੋਏ ਨੇ, ਉਹ ਜੁਆਇਨ ਕਰੋ।
ਤਾਂ ਕਿ ਤੁਹਾਡਾ ਇੱਥੋਂ ਦੇ ਲੋਕਾਂ ਨਾਲ ਥੋੜ੍ਹਾ ਬਹੁਤ ਹੈਲੋ ਹਾਏ ਸਟਾਰਟ ਹੋਏ ਅਤੇ ਜਿਹੜੇ ਕਰੰਟ ਵਾਲੇ ਰਹੇ ਆ ਤੁਹਾਨੂੰ ਥੋੜ੍ਹੀ ਬਹੁਤ ਹੈਲਪ ਕਰਨ। ਸੈਕਿੰਡ, ਕੋਸ਼ਿਸ਼ ਇਹ ਕਰੋ ਕਿ ਜਿਹੜੇ ਏਜੰਟ ਤੁਸੀਂ ਫਾਈਲ ਲਵਾਈ ਆ ਉੱਥੇ ਪੁੱਛੋ ਵੀ ਹੋਰ ਬੱਚੇ ਕਿੰਨਾ ਕਿੰਨਾ ਨੂੰ ਵੀਜ਼ੇ ਆਏ ਨੇ ਸੇਮ ਕੋਲੇਜ ਦੇ, ਅਤੇ ਤੁਸੀਂ 4-5 ਬੱਚੇ ਇਕੱਠੇ ਹੋ ਕੇ ਪਹਿਲਾਂ ਹੀ ਮਾਰਕੀਟ ਪਲੇਸ ਤੋਂ ਕੋਈ ਘਰ ਦੇਖ ਕੇ ਆਓ ਤਾਂ ਬੁੱਕ ਕਰ ਲਓ। ਇਹ ਅਸੀਂ ਮਤਲਬ ਸਤੰਬਰ 'ਚ ਇਹੀ ਕੀਤਾ ਨਾਲ ਦਿਆਂ ਨੇ ਮੇਰਿਆਂ ਨੇ ਜਿਹੜੇ ਮੇਰੇ ਨਾਲ ਆਏ ਸੀਗੇ। ਸੋ ਮੈਨੂੰ ਨਹੀਂ ਕੋਈ ਜਾਣਦਾ ਸੀਗਾ ਅਸੀਂ ਸੇਮ ਇੱਦਾਂ ਮਾਰਕੀਟ ਪਲੇਸ ਦੇ ਫੇਸਬੁੱਕ ਗਰੁੱਪ 'ਚ ਮਿਲੇ ਸੀ, ਉਸ ਤੋਂ ਬਾਅਦ ਇੱਥੇ ਆ ਕੇ ਲਿੰਕ ਹੋਇਆ ਸਾਰਿਆਂ ਨਾਲ, ਇੱਦਾਂ ਦਾ ਮੰਨਿਆ। ਅਤੇ ਅਕੋਮੋਡੇਸ਼ਨ ਇੱਦਾਂ ਲੱਭੀ, ਅਕੋਮੋਡੇਸ਼ਨ ਦੇ ਚਾਰਜਿਸ ਆਲਮੋਸਟ ਸੇਮ ਹੀ ਚੱਲ ਰਹੇ ਇੰਟਾਇਰ ਕੈਨੇਡਾ, ਤੁਹਾਨੂੰ 1500-1600 ਥੱਲੇ ਕੋਈ ਵੀ ਕੀ ਨਾਮ ਘਰ ਨਹੀਂ ਮਿਲਦਾ ਇੱਥੇ, ਠੀਕ ਆ ਜੀ। ਮਿਨੀਮਮ ਕਹਿ ਰਿਹਾ, ਇੰਨੇ ਕੁ ਤਾਂ ਮਿਲਦਾ, ਅਤੇ ਬਾਕੀ ਯੂਟੀਲਿਟੀ ਡਿਪੈਂਡ ਕਰਦੀ ਆ, ਓਨਰ ਟੂ ਓਨਰ ਵੀ ਤੁਹਾਨੂੰ ਵਿੱਚ ਦੇ ਰਿਹਾ ਕਿ ਨਹੀਂ ਦੇ ਰਿਹਾ, ਇਹ ਵੀ ਚੀਜ਼ਾਂ ਡਿਪੈਂਡ ਕਰਦੀਆਂ ਨੇ। ਸੋ ਇਹ ਸਨੈਰੀਓ ਰਹੇਗਾ ਜੇ ਅਕੋਮੋਡੇਸ਼ਨ ਨੂੰ ਲੈ ਕੇ। ਫਿਰ ਵੀ ਅਗਰ ਕੋਈ ਡਾਊਟ ਰਹਿੰਦਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਬੇਚੇ ਚੈੱਕ ਇੰਸਟਾਗ੍ਰਾਮ 'ਤੇ, ਸਨੈਪਚੈਟ 'ਤੇ, ਮੈਂ ਕਹਿੰਦਾ ਕਮੈਂਟ ਕਰਦਿਆ ਕਰੋ, ਕਮੈਂਟ ਬਲਕਿ ਜਲਦੀ ਮੈਨੂੰ ਵੇਖ ਜਾਂਦਾ, ਰਿਕੁਐਸਟ ਮੈਸੇਜਿਸ 'ਤੇ ਸਨੈਪਚੈਟ 'ਤੇ ਕਈ ਵਾਰ ਨਹੀਂ ਨਿਗਾਹ ਪੈਂਦੀ, ਉਹਦੇ ਲਈ ਮਾਫ਼ੀ ਚਾਹੁੰਦੇ ਦੁਬਾਰਾ ਫਿਰ ਤੋਂ। ਸੋ ਹੁਣ ਆਉਂਦੇ ਹਾਂ ਜੀ ਕਿ ਸਟੱਡੀ ਕਿੰਨੀ ਕੁ ਔਖੀ ਆ ਅਤੇ ਸ਼ਡਿਊਲ ਕੀ ਰਹਿੰਦਾ। ਸੋ ਜੇ ਤਾਂ ਤੁਸੀਂ ਸਪੈਸ਼ਲੀ NBCC 'ਚ ਆ ਰਹੇ ਹੋ, NBCC 'ਚ ਬਈ ਓਨਟਾਰੀਓ ਵਾਲੇ ਕੋਲਜਿਸ ਨੇਗੇ, ਸਰੀ ਵਾਲੇ ਕੋਲਜਿਸ ਨੇਗੇ, ਵਿਨੀਪੈਗ ਵਾਲੇ ਕੋਲਜਿਸ ਨੇਗੇ, ਕਿ ਤੁਹਾਡੇ ਵੀਕਐਂਡ 'ਤੇ ਕਲਾਸਾਂ ਨੇ, ਦੋ ਦੋ ਦਿਨ ਕਲਾਸਾਂ ਨੇ, ਤਿੰਨ ਤਿੰਨ ਦਿਨ ਕਲਾਸਾਂ ਨੇ, ਇਹ ਮੈਂ ਇਕੱਲਾ ਇੱਕੋ ਕੋਲਜ ਦੇਖਿਆ ਹਾਲੇ ਤੱਕ ਜਿਹੜਾ ਸਕੂਲ ਨਾਲੋਂ ਵੀ ਭੈੜਾ, ਪਰ ਇਹਨੂੰ ਮਾੜਾ ਨਹੀਂ ਕਹੂੰਗਾ। ਸੁਬਹਾ 8 ਵਜੇ ਕਲਾਸ ਲੱਗਦੀ, ਸ਼ਾਮੀ 4 ਵਜੇ ਛੱਡਦੇ ਨੇ ਜੀ, ਅਤੇ 5 ਦਿਨ ਕੋਲਜ ਆ। ਡਿਪੈਂਡ ਕਰਦਾ ਤੁਸੀਂ ਕਿਹੜੇ ਕੋਰਸ 'ਚ ਆ ਰਹੇ ਹੋ, ਬਟ 90-95% ਜਿੰਨੇ ਵੀ ਕੋਰਸ ਸਾਰਿਆਂ ਦਾ ਸੇਮ ਸਕੈਜੂਲ ਆ। ਇਹ ਦੁਬਾਰਾ ਮੈਂ ਫਿਰ ਕਹਿ ਦੇਣਾ, ਨੋਟ ਕਰ ਲਿਓ, 90-95% ਜਿੰਨੇ ਵੀ ਕੋਰਸਿਸ ਨੇ ਸਭ ਦਾ ਸਕੈਜੂਲ ਮੋਸਟਲੀ ਸੇਮ ਹੈ। ਸੁਬਹਾ 8 ਵਜੇ ਕਲਾਸ ਸਟਾਰਟ ਹੋ ਜਾਂਦੀ ਆ, ਕਿਸੇ ਦੀ 2 ਵਜੇ ਮੁੱਕਦੀ ਆ, ਕਿਸੇ ਦੀ 1 ਵਜੇ ਮੁੱਕਦੀ ਆ, ਕਿਸੇ ਦੀ 4 ਵਜੇ ਮੁੱਕਦੀ, ਕਿਸੇ ਦੀ 3 ਵਜੇ ਮੁੱਕਦੀ ਆ, ਅਤੇ ਕਈਆਂ ਦੀ 5:30-5 ਵਜੇ ਤੱਕ ਵੀ ਚੱਲਦੀ ਮੈਂ ਵੇਖੀ ਆ, ਕਿਉਂਕਿ 5:30 ਵਜੇ ਕੋਲੇਜ ਬੰਦ ਹੁੰਦਾ। ਸੋ ਹਫ਼ਤਾ ਪੱਕਾ ਕਰਕੇ ਆਇਓ, ਇੱਦਾਂ ਨਾ ਸਮਝੋ ਵੀ 2 ਦਿਨਾਂ ਕਲਾਸਾਂ ਲੱਗਣਗੀਆਂ, ਬਾਕੀ ਆਪਾਂ ਨੋਟ ਛਾਪਾਂਗੇ, ਡਾਲਰ ਛਾਪਾਂਗੇ। ਬਾਈ ਜੋਬ ਦਾ ਤਾਂ ਪਹਿਲਾਂ ਹੀ ਔਖਾ ਹੈ ਨਾ। ਸੋ ਕੋਰਸ ਪੂਰਾ ਕਰ ਲਿਓ, ਅਟੈਂਡੈਂਸ ਪੂਰੀ ਕਰ ਲਿਓ, ਤਾਂ ਕਿ ਐਟਲੀਸਟ ਤੁਸੀਂ ਫੇਲ ਨਾ ਹੋਵੋ ਅਤੇ ਆਪਦਾ ਕੋਰਸ ਪੂਰਾ ਕਰਕੇ ਆਪਦੀ ਫੀਲਡ 'ਚ ਜੋਬ ਲੈ ਸਕੋ, ਠੀਕ ਹੈ ਜੀ। ਸੋ ਇਹ ਸਨੈਰੀਓ ਕਲਾਸਿਸ ਦਾ ਰਹਿੰਦਾ। ਬਾਕੀ ਸਟੱਡੀ, ਹਾਂ ਸਟੱਡੀ ਔਨਲਾਈਨ ਵੀ ਹੁੰਦੀ ਹੈ, ਔਫਲਾਈਨ ਵੀ ਹੁੰਦੀ ਹੈ, ਉਹ ਡਿਪੈਂਡ ਕਰਦਾ ਤੁਹਾਡੇ ਟੀਚਰ ਦੇ ਉੱਤੇ, ਇੰਸਟਰਕਟਰ ਦੇ ਉੱਤੇ ਵੀ ਉਹ ਕਿੱਦਾਂ ਕਰਾਉਂਦਾ, ਉਹ ਟੋਟਲੀ ਤੁਹਾਨੂੰ ਆ ਕੇ ਪਤਾ ਲੱਗੂਗਾ, ਜਾਂ ਤੁਹਾਡੇ ਪਰਟੀਕੁਲਰ ਕੋਰਸ 'ਚ ਪਤਾ ਲੱਗੂਗਾ। ਹੁਣ ਕਈ ਮੈਨੂੰ ਪੁੱਛਦੇ ਬਈ ਇਲੈਕਟ੍ਰਿਕ ਮੈਨੇਜਮੈਂਟ ਦੀ ਕਿੱਦਾਂ ਆ, ਬਿਜ਼ਨਸ ਮੈਨੇਜਮੈਂਟ ਵਾਲੇ ਨੇ ਕਿੱਦਾਂ, IBM ਵਾਲੇ ਨੇ ਕਿੱਦਾਂ ਆ, ਪਲੰਬਿੰਗ ਦੀ ਕਿੱਦਾਂ, ਵੈਲਡਿੰਗ ਕਿੱਦਾਂ। ਮੈਂ ਇਕੱਲੇ ਦਾ ਬਈ ਮੈਨੂੰ ਨਹੀਂ ਪਤਾ ਸਕੈਜੂਲ, ਮੈਂ ਨਹੀਂ ਦੱਸ ਸਕਦਾ, ਸੋਰੀ ਉਹਦੇ ਲਈ। ਹਾਂ ਪਰ ਮੈਂ ਤੁਹਾਨੂੰ ਓਵਰਆਲ ਤੁਹਾਨੂੰ ਮੈਂ ਦੱਸਦਾ ਕਿ ਆਹ ਇੰਨਾ ਇੰਨਾ ਰਹੂਗਾ ਸਿਸਟਮ ਜਾ ਜੀ, ਇੰਨੀ ਕੁ ਤੁਹਾਡੀ ਕਲਾਸਾਂ ਰਹਿੰਦੀਆਂ ਨੇ, ਲਗਭਗ ਸਭ ਦੀਆਂ ਸੇਮ ਹੀ ਹੁੰਦੀਆਂ, ਕਿਉਂਕਿ ਨਾਲ ਦੇ ਬਹੁਤ ਜਾਣੇ ਅਲੱਗ ਅਲੱਗ ਕੋਰਸਿਸ ਨੇ, ਸਾਨੂੰ ਪਤਾ ਲੱਗਦਾ ਇਸ ਕਰਕੇ, ਠੀਕ ਹੈ ਜੀ। ਅਤੇ ਏਜੰਟਾਂ ਦੇ ਮਗਰ ਲੱਗ ਕੇ ਨਾ ਆਓ, ਖੁਦ ਰਿਸਰਚ ਕਰਕੇ ਆਓ ਪ੍ਰੋਪਰਲੀ, ਕਿਉਂਕਿ ਏਜੰਟਾਂ ਨੂੰ ਕੀ ਹੈ, ਹੁਣ ਪਹਿਲਾਂ ਉੱਧਰ ਦਾ ਰਸ਼ ਵਧਾਤਾ ਸੀਗਾ ਜੀ, ਉੱਧਰੋਂ ਪੈਸੇ ਮਿਲਦੇ ਸੀ ਕੋਲਜਾਂ ਵੱਲੋਂ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਧਰੋਂ ਤਾਂ 15-20 ਕੋਲਜ ਤਾਂ ਹੋ ਗਏ ਪਹਿਲਾਂ ਹੀ PGWP 'ਚ ਬਾਹਰ, ਉਸ ਤੋਂ ਬਾਅਦ ਹੁਣ ਇੱਧਰ ਭਰਨ ਲੱਗ ਜਾਓ ਜੀ, ਉਹਨਾਂ ਨੂੰ ਤਾਂ ਪੈਸੇ ਨਾ ਮਤਲਬ ਹੈ, ਤੁਸੀਂ ਆਪਦੀ ਰਿਸਰਚ ਕਰਕੇ ਆਓ। ਜਦੋਂ ਮੈਂ ਆਇਆ ਸੀ, ਮੈਂ ਏਜੰਟ ਨੂੰ ਖੁਦ ਕਹਿ ਕੇ ਮੈਂ ਕੋਲਜ ਲਿਆ ਸੀਗਾ, ਕਿਉਂਕਿ ਮੈਂ ਆਪਦੀ ਰਿਸਰਚ ਪਹਿਲੇ ਕਰੀ ਬੈਠਾ ਸੀਗਾ ਜੀ, ਠੀਕ ਹੈ ਜੀ। ਸੋ ਬੜਾ ਸੋਚ ਸਮਝ ਕੇ ਡਿਸੀਜਨ ਲਓ, ਇੰਡੀਆ ਤੋਂ ਆਉਣਾ ਤੁਸੀਂ, 15-20 ਲੱਖ ਲਾਉਣਾ, ਹੁਣ 15-20 ਲੱਖ ਲੱਗ ਗਈ ਜਾਣੇ, ਕਿਉਂਕਿ GST ਡਬਲ ਹੋ ਗਈ ਆ, ਪਹਿਲਾਂ 10-12 ਲੱਖ 'ਚ ਲੱਗਦਾ ਸੀ ਇੱਥੇ ਆਉਣ ਦਾ, ਪਰ ਹੁਣ 20-20 'ਚ ਪੈ ਜਾਊ ਗੱਲ ਇਹ ਵੀ, ਅਤੇ ਇੰਨੀ ਕੁ ਗੱਲ ਆ।
ਬਾਕੀ ਰਹੀ ਗੱਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੰਟਰਨਲ ਮਾਈਗ੍ਰੇਸ਼ਨ ਦੀ, ਸੋ ਉਹ ਤਾਂ ਹਮੇਸ਼ਾ ਹੀ ਕਲੈਸ਼ ਰਹੂਗਾ ਰਹੂਗਾ, ਕਿਉਂਕਿ ਕਿਤੇ ਨਾ ਕਿਤੇ ਉਹ ਇਫੈਕਟ ਤਾਂ ਕਰਦਾ ਹੀ ਇੰਟਰਨੈਸ਼ਨਲ ਸਟੂਡੈਂਟਸ ਦੀ ਜੋਬ ਦੇ ਉੱਤੇ ਵੀ, ਕਿਉਂਕਿ ਜਦੋਂ ਇੰਟਰਨਲ ਮਾਈਗ੍ਰੇਟ ਕਰਦਾ ਹਰ ਕੋਈ ਉੱਥੋਂ ਉਹਦੀ ਸਟੱਡੀ ਕੰਪਲੀਟ ਕਰਕੇ ਵਰਕ ਪਰਮਿਟ 'ਤੇ ਹੀ ਆਪਦੇ ਇੱਧਰ ਮਾਈਗ੍ਰੇਟ ਕਰਦਾ। ਬਹੁਤ ਰੇਅਰ ਬੰਦੇ ਹੋਣਗੇ ਜਿਹੜੇ ਉੱਥੋਂ ਸਟੱਡੀ ਕੰਪਲੀਟ ਕਰਕੇ ਅਤੇ ਸੈਕਿੰਡ ਸਟੱਡੀ ਕਰਨ ਲਈ ਇੱਧਰ ਆਉਂਦੇ ਨੇ, ਆਹ ਚੱਕਰ ਆ। ਠੀਕ ਆ ਜੀ, ਬਾਕੀ ਕੋਈ ਗੱਲ ਹੋਰ ਰਹਿ ਗਈ ਹੋਵੇ, ਮੈਨੂੰ ਨਹੀਂ ਯਾਦ ਇੱਦਾਂ ਦਾ ਕੋਈ ਸਿਨੈਰੀਓ ਰਹਿੰਦਾ ਅਤੇ ਕਵਰ ਕਰਨਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੂੰਗਾ ਉਹਦੇ ਲਈ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਅਤੇ ਆਪਾਂ ਹੁਣ ਚੱਲਦੇ ਹਾਂ, ਗੱਡੀ ਗਾਂਹ ਕਰਦੇ ਹਾਂ ਅਤੇ ਮੈਂ ਨਾਲੇ ਤੇਲ ਹੀ ਪਾਉਣਾ ਗੱਡੀ 'ਚ ਅਤੇ ਨਿਕਲਦੇ ਹਾਂ ਫਿਰ ਆਪਾਂ ਆਪਦੇ ਕੰਮ ਵੱਲ ਨੂੰ। ਠੀਕ ਆ ਜੀ, ਸੋ ਚੱਲਦੇ ਹਾਂ। A few minutes later. ਸੋ ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੂੰਗਾ ਕਿ ਏਜੰਟਾਂ ਦੇ ਮਗਰ ਨਾ ਲੱਗੋ ਜਿਵੇਂ ਪਹਿਲਾਂ ਕਿਹਾ ਹੈ ਨਾ, ਅਤੇ ਕੋਸ਼ਿਸ਼ ਕਰੋ ਕਿ ਜਿਹੜੇ ਛੋਟੇ ਸ਼ਹਿਰ ਨੇ, ਇੱਕ ਮੰਨ ਲਓ ਆਈ ਥਿੰਕ ਸੈਂਟ ਐਂਡਰਿਊ 'ਚ ਕੈਂਪਸ ਹੈਗਾ, ਦੋ ਤਿੰਨ ਹੋਰ ਨੇ ਇੱਦਾਂ ਦੇ ਸ਼ਹਿਰ ਜਿੱਥੇ ਆਪਣੇ ਕੈਂਪਸ ਹੈਗੇ ਆ ਅਗਰ NBCC 'ਚ ਆਉਣਾ ਤੁਸੀਂ। ਠੀਕ ਹੈ ਜੀ, ਛੋਟੇ ਕੈਂਪਸ ਵੱਲ ਜਾਓ, ਸੇਮ ਉਹਨਾਂ ਨੂੰ ਸੇਮ ਸਾਰਿਆਂ ਨੂੰ ਜਿਹੜੇ ਇੰਟਰਨਲ ਮਾਈਗ੍ਰੇਟ ਕਰ ਰਹੇ ਉਹਨਾਂ ਨੂੰ ਵੈਸੇ ਕਹੂੰਗਾ ਕਿ ਛੋਟੇ ਸ਼ਹਿਰਾਂ ਵੱਲ ਭੱਜੋ, ਮਤਲਬ ਜਿਵੇਂ ਨੀਅਰ ਬਾਏ ਜਿੰਨੇ ਵੀ ਮਾਊਂਟਨ ਦੇ ਛੋਟੇ ਸ਼ਹਿਰ ਨੇ ਜਾਂ ਸੈਂਟ ਜੋਨ ਦੇ ਨੀਅਰ ਬਾਏ ਛੋਟੇ ਸ਼ਹਿਰ ਨੇ, ਤੁਹਾਨੂੰ ਜੋਬ ਮੇਰੇ ਹਿਸਾਬ ਨਾਲ ਮਿਲ ਸਕਦੀ, ਕਿਉਂਕਿ ਤੁਹਾਡੇ ਸਾਰਿਆਂ ਕੋਲ ਗੱਡੀਆਂ ਹੁੰਦੀਆਂ ਨੇ ਜਿੰਨੇ ਵੀ ਇੰਟਰਨਲ ਮੂਵ ਹੋ ਰਹੇ ਨੇ, ਸਭ ਲਗਭਗ 70-80% ਸਭ ਕੋਲ ਗੱਡੀਆਂ, ਕੋਈ ਕੋਈ ਹੈ ਜਿਹਨਾਂ ਕੋਲ ਨਹੀਂ ਹੈਗੀ। ਸੋ ਤਾਂ ਕਿ ਕੁਛ ਪਰਸੈਂਟ ਚਾਂਸਿਸ ਤੁਹਾਨੂੰ ਜੋਬ ਮਿਲਣ ਦੇ ਮਿਲ ਜਾਣ। ਠੀਕ ਆ ਜੀ, ਅਤੇ ਵੱਡੇ ਸ਼ਹਿਰਾਂ 'ਚ ਮੈਂ ਤਾਂ ਮਨਾ ਕਰ ਰਿਹਾ ਕਿ ਅਗਰ ਸਟੱਡੀ ਵਾਲਿਆਂ ਨੂੰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਤੁਸੀਂ ਆਪਦਾ ਇੱਕ ਤਾਂ ਤੁਹਾਨੂੰ ਈਜ਼ੀਲੀ ਉੱਥੇ ਘੰਟੇ ਤਾਂ ਮਿਲ ਜਾਣਗੇ ਹੋਪਫੁਲੀ, ਹੈ ਨਾ, ਅਤੇ ਤੁਹਾਡੀ ਸਟੱਡੀ ਵੀ ਕੰਪਲੀਟ ਹੋ ਜਾਊਗੀ, ਫਿਰ ਤੁਸੀਂ ਵੱਡੇ ਸ਼ਹਿਰ 'ਚ ਮੂਵ ਕਰ ਲਓ ਸਾਲ ਬਾਅਦ ਜੇ ਤੁਹਾਡਾ ਕੋਰਸ ਹੈ 2 ਸਾਲ ਦਾ। ਅਤੇ ਉਹੀ ਸੇਮ ਜੇ ਤੁਹਾਡੀ ਤੁਸੀਂ ਮੋਸਟ ਆਫ ਦਾ ਟਾਈਮ ਜਿਹੜੇ PR ਵਾਸਤੇ ਆਉਂਦੇ ਆ, 90-95% PR ਵਾਲੇ ਹੀ ਆਉਂਦੇ ਇੰਟਰਨਲ ਮਾਈਗ੍ਰੇਟ ਕਰਕੇ, ਕੋਈ ਉੱਦਾਂ ਰਹਿਣ ਨਹੀਂ ਆਉਂਦਾ ਇੱਥੇ ਮੈਨੂੰ ਪਤਾ। ਸੋ ਛੋਟੇ ਸ਼ਹਿਰਾਂ ਵੱਲ ਜਾਓ, ਤੁਹਾਡੇ PR ਹੋ ਜਾਣੀ ਸਾਲ, ਸਵਾ ਸਾਲ, ਡੇਢ ਸਾਲ, 2 ਸਾਲ 'ਚ, ਜਿੰਨਾ ਵੀ ਤੁਹਾਡੇ ਐਸ ਪਰ ਪੁਰਾਣਾ ਪ੍ਰੀਵੀਅਸ ਐਕਸਪੀਰੀਅੰਸ ਆ। ਅਤੇ ਉਸ ਤੋਂ ਬਾਅਦ ਤੁਸੀਂ ਮੋਸਟ ਆਫ ਦਾ ਬੰਦੇ ਜਿਹੜੇ ਉਹਨਾਂ ਨੇ ਮੂਵ ਵਾਪਸ ਹੋਣਾ ਹੁੰਦਾ PR ਲੈਣ ਤੋਂ ਬਾਅਦ, ਕੋਈ ਇੱਥੇ ਰਹਿੰਦਾ ਨੀਗਾ, ਇਹ ਸਭ ਨੂੰ ਪਤਾ ਹੈ, ਇਹਦੇ 'ਚ ਕੋਈ ਵੀ ਲੁਕਾਉਣ ਵਾਲੀ ਗੱਲ ਨਹੀਂ। ਠੀਕ ਆ ਜੀ, ਅਤੇ ਬਾਕੀ ਜੇ ਕੋਈ ਗੱਲ ਰਹਿ ਗਈ ਹੋਵੇ ਦੱਸਣੀ ਜਾਂ ਕਿਸੇ ਨੂੰ ਮੇਰੀ ਗੱਲ ਕੌੜੀਆਂ ਲੱਗੀਆਂ ਹੋਣ, ਸੱਚੀਆਂ ਲੱਗੀਆਂ ਹਨ ਵੀ ਇਹ ਇੰਟਰਨਲ ਮਾਈਗ੍ਰੇਟ ਬੰਦਿਆਂ ਲਈ ਇੱਦਾਂ ਬੋਲਦਾ ਪਿਆ ਜਾਂ ਇੰਟਰਨੈਸ਼ਨਲ ਸਟੂਡੈਂਟਸ ਇੱਦਾਂ ਬੋਲਦਾ, ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਹਾਂ ਬਈ, ਮੇਰੇ ਨਾਲ ਜਿਹੜੇ ਕੰਮ ਕਰਦੇ ਨੇ ਉਹ ਇੰਟਰਨਲ ਮਾਈਗ੍ਰੇਟ ਹੋਏ ਨੇ, ਅਤੇ ਮੇਰੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਵੀ ਨੇ, ਕਾਲਜ ਵੀ ਸਾਰੇ ਮਿਲਦੇ ਨੇ। ਸੋ ਸਾਰਿਆਂ ਲਈ ਮੇਰੀ ਇਕੁਅਲ ਰਿਸਪੈਕਟ ਆ, ਸਭ ਆਪਦੀ ਮਿਹਨਤ ਕਰਨ ਆਏ ਨੇ ਇੱਥੇ, ਕੋਈ ਵੀ ਇੱਥੇ ਐਵੇਂ ਟਾਈਮ ਪਾਸ ਨਹੀਂ ਕਰਨ ਆਇਆ। ਠੀਕ ਹੈ ਜੀ, ਅਤੇ ਜੇ ਕਿਸੇ ਨੂੰ ਮੇਰੀ ਗੱਲ ਫਿਰ ਵੀ ਬੁਰੀ ਲੱਗਦੀ ਉਹਦੇ ਲਈ ਆਪਣੇ ਦਿਲੋਂ ਮਾਫ਼ੀ ਮੰਗਦੇ ਹਾਂ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਪ੍ਰੈਸ ਬੈਲ ਆਈਕਨ, ਇਸੇ ਨਾਲ ਆਪਾਂ ਇਸ ਵਲੋਗ ਨੂੰ ਐਡ ਕਰਦੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਵਲੋਗ 'ਚ। ਬਾਕੀ ਸੋਸ਼ਲ ਮੀਡੀਆ ਹੈਂਡਲਸ ਮੇਰੇ ਤੁਹਾਨੂੰ ਸਕਰੀਨ 'ਤੇ ਸ਼ੋ ਹੋ ਰਹੇ ਹੋਣ, ਤੁਸੀਂ ਮੈਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਹੋ। ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।